ਜੇ ਮੈਂ ਲੱਖ ਵਾਰੀ ਪੜ੍ਹਾਂ ਜ਼ਮੀਨ ਰੁਸ਼ਦ ਹਿਦਾਇਤ ਹਾਂਜੀ ਹਾਂਜੀ ਅੱਛਾ ਬਿਸਮਿਲ੍ਲਾ ਕਰੋ ਜੀ ਠੀਕ ਹੈ ਬੋਲਾ ਵੱਡੀਆਂ ਜ਼ਿੰਦਗੀਆਂ ਕਰਨ ਐ ਸ਼ੇਖ ਜਾਨਾ ਚਾਹਤੇ ਹੋ ਜੰਨਤ ਮੇ ਠੀਕ ਹੈ ਤਵੱਜੋ ਹੈ ਨਾ ਐ ਸ਼ੇਖ ਜਾਨਾ ਚਾਹਤੇ ਹੋ ਜੰਨਤ ਮੇ ਠੀਕ ਹੈ ਲੈਣੀ ਪੜੇਗੀ ਪਹਿਲੇ ਇਜਾਜ਼ਤ ਹੁਸੈਨ ਬੜੀ ਬਾਰੀਕ ਗੱਲ ਹੈ ਜਿਹੜੀ ਮੈਂ ਅਗਲੀ ਕਰਨ ਲੱਗਾ ਦਾਦਾ ਤਾਂ ਤੁਸੀਂ ਹਰ ਬੰਦੇ ਨੂੰ ਉੱਠ ਉੱਠ ਕੇ ਦਿੰਦੇ ਹੀ ਹੋ ਚਲੋ ਵੇਖੀਏ ਗੱਲ ਕਿੰਨੀ ਕੁ ਸਮਝਦੇ ਹੋ ਐ ਸ਼ੇਖ ਜਾਨਾ ਚਾਹਤੇ ਜੰਨਤ ਮੇ ਠੀਕ ਹੈ ਲੈਣੀ ਪੜੇਗੀ ਪਹਿਲੇ ਇਜਾਜ਼ਤ ਹੁਸੈਨ ਅਰਜ਼ ਕਰਿਆ ਦੋਨੋ ਜਹਾਂ ਕੀ ਮਾਂਗਤਾ ਨਿਮਤ ਹੁਸੈਨ ਸੇ ਕਮ ਬਖਤ ਮਾਂਗਤਾ ਰਹਾ ਬੈਅਤ ਹੁਸੈਨ ਜੇ ਉੱਥੇ ਬਣਾ ਦੇ ਗੱਲ ਇਹ ਕਿ ਸਾਰਿਆਂ ਜ਼ਾਕਰਾਂ ਕੋਲ ਪੰਜ ਪੰਜ ਸੌ ਸੀ ਨੇ ਮੇਰੇ ਕੋਲ ਦੋ ਝੂਗੇ ਠੀਕ ਹੈ ਨਾ ਉਹ ਇੱਕ ਬੰਦਾ ਗਿਆ ਹੱਜ ਕਰਨ ਕਾਬੇ ਨੂੰ ਵੇਖ ਕੇ ਅਕੀਦਤ ਨੇ ਛੱਲ ਮਾਰੀ ਉਸ ਆਖਿਆ ਮੇਰੇ ਅੱਲਾ ਇੱਥੇ ਜਾਨ ਕੱਢ ਲਵੇ ਨਾ ਬੜੀ ਗੱਲ ਹੈ ਉਹ ਮਲਕੁਲ ਮੌਤ ਆ ਗਿਆ ਉਸ ਆਖਿਆ ਸਲਾਮ ਅਲੈਕੁਮ ਉਸ ਆਖਿਆ ਤੂੰ ਕੌਣ ਉਸ ਆਖਿਆ ਮੰਗੀ ਨਹੀਂ ਹੁਣ ਉਸ ਆਖਿਆ ਮੰਗੀ ਤਾਂ ਹੈ ਤੇ ਚੱਲ ਹੋਟਲ 'ਚ ਮੇਰੇ ਬੱਚੇ ਨੇ ਮਿਲਣਾ ਵਾ ਉਸ ਆਖਿਆ ਛੇਤੀ ਜਾ ਛੇਤੀ ਤੇ ਛੇਤੀ ਆਉਣਾ ਹੀ ਵਾਪਸ ਉਹ ਦੌੜ ਕੇ ਗਿਆ ਉਸ ਬੀਬੀ ਨੂੰ ਆਖਿਆ ਬੱਚੇ ਕਿੱਥੇ ਨਹੀਂ ਲਿਆ ਬੁਲਾ ਮੈਨੂੰ ਉਸ ਆਖਿਆ ਬਣ ਕੀ ਗਈ ਉਸ ਆਖਿਆ ਅਕੀਦਤ ਵਿਖਾ ਬੈਠਾ ਸਮਝ ਆ ਰਹੀ ਹੈ ਨਾ ਹੱਥ ਗਲਾ ਕਰਕੇ ਨਾਰਾ ਹੈ ਨਰੀ ਮੈਨੂੰ ਕੇ ਹੁਸੈਨ ਦਾ ਨਜ਼ਾਰਾ ਲੈਣ ਦੇ ਸਦਕੇ ਜਾਵਾ ਸਦਕੇ ਜਾਵਾ ਇਹੋ ਹੱਕ ਕੇ ਸਾਈਆਂ ਦਾ ਜਸ਼ਨ ਸੁਣ ਕਰ ਲੈ ਜੰਨਤ ਨੂੰ ਛੱਡ ਲੈਣ ਦੇ ਪਿੱਛੇ ਕਰ ਲੈ ਜੰਨਤ ਨੂੰ ਛੱਡ ਲੈਣ ਦੇ ਮੈਨੂੰ ਇਸ਼ਕੇ ਹੁਸੈਨ ਦਾ ਨਜ਼ਾਰਾ ਲੈਣ ਦੇ ਮਸਜਿਦ ਨਬਵੀ
ਗੱਲਾਂ ਤੁਹਾਡੇ ਬਾਲਾਂ ਨੂੰ ਵੀ ਆ, ਮਾਈਕ ਦੀ ਆਵਾਜ਼ ਨਹੀਂ ਆ ਰਹੀ, ਉਹਨਾਂ ਸਾਰਿਆਂ ਨੂੰ ਵੀ ਆਉਂਦੀ। ਤੂੰ ਭਾ ਚੋਖਾ ਨੇੜੇ ਬੈਠਾ, ਥੋੜਾ ਜਿਹਾ ਦੂਰ ਹੋ ਆਏਗੀ ਸਮਝ। ਸ਼ੇਰ ਲਾ ਜਾਓ, ਪਾਕ ਰਸੂਲ ਦਾ ਸਰ ਸਜਦੇ ਚ ਕੰਡ ਤੇ ਆ ਕੇ ਮਾਤਮੀ ਦਾ ਸਰਦਾਰ ਬਹਿ ਗਿਆ। ਜਦੋਂ ਤਸਮੀਆਂ ਵਧੀਆਂ ਨੇ, ਪਾਕ ਰਸੂਲ ਫਰਮਾਇਆ ਮੇਰੇ ਅੱਲਾ ਪੁੱਤਰ ਹੈ ਮੇਰਾ ਹੁਸੈਨ, ਪੁੱਤਰ ਹੀ ਹੈ ਮੇਰਾ, ਤੇ ਤਸਮੀਆਂ ਚੋਖੀਆਂ ਵੱਧਦੀਆਂ ਜਾਂਦੀਆਂ ਨੇ। ਮੇਰੇ ਅੱਲਾ ਆਖੇ ਤੇ ਸਜਦੇ ਚੋਂ ਸਿਰ ਚਾਵਾਂ। ਆਵਾਜ਼ ਕੁਦਰਤ ਆਈ, ਮੈਂ ਆਸ਼ਿਕ ਹਾਂ ਤੇਰਾ, ਤੇਰਾ ਆਸ਼ਿਕ ਹੈ ਮੇਰਾ, ਹਾਏ ਹਾਏ ਵਾਹ ਵਾਹ ਵਾਹ, ਸਦਕੇ ਜਾਵਾਂ ਸਦਕੇ ਜਾਵਾਂ, ਹੈ ਮੇਰੀ ਮੈਂ ਆਸ਼ਿਕ ਹਾਂ ਸਾਰੇ ਬੋਲੋ ਯਾਰ, ਲੱਭਾ ਯਾ ਹੁਸੈਨ, ਲੱਭਾ ਯਾ ਹੁਸੈਨ। ਪਾਕਾਂ ਦੇ ਸਾਰੇ ਮੋਮਨਾਂ ਨੂੰ ਕੁੱਲ ਮੌਲਵੀਆਂ ਤੇ ਰਾਖਰਾਂ ਨੂੰ, ਪਾਕਾਂ ਦੇ ਸਾਰੇ ਮੋਮਨਾਂ ਨੂੰ ਕੁੱਲ ਮੌਲਵੀਆਂ ਤੇ ਰਾਖਰਾਂ ਨੂੰ, ਪਾਕਾਂ ਦੇ ਸਾਰੇ ਮੋਮਨਾਂ ਨੂੰ ਕੁੱਲ ਮੌਲਵੀਆਂ ਤੇ ਰਾਖਰਾਂ ਨੂੰ, ਮੌਲਾ ਦੀ ਵਿਲਾਦਤ ਦਾ ਏ ਰੋਜ਼, ਸੈਦਾਂ ਦੇ ਸਾਰੇ ਦੋਸਤਾਂ ਨੂੰ ਇਹੋ ਜਿਹਾ ਜਸ਼ਨ ਮਨਾਉਣਾ ਚਾਹੀਦਾ ਏ, ਅਰਸ਼ਾਂ ਵਾਲੇ ਨੂੰ ਫਰਸ਼ਾ ਤੇ ਬੁਲਾਣਾ ਚਾਹੀਦਾ। ਬਿਸਮਿਲ੍ਲਾ ਕਰ, ਬਿਸਮਿਲ੍ਲਾ, ਮੌਲਾ ਦੀ ਕਸਮੇ ਜਿੱਡਾ ਮਜਮਾ ਨਾ ਨਾਰੇ ਦਾ ਸਵਾਦ ਆ ਜਾਂਦਾ। ਲੈਣਾ ਭਾਈ ਮੈਂ ਤਾਂ ਲੈਣਾ। ਅੱਛਾ ਜੀ ਸੁਣਾਨੇ ਆ ਸੁਣਾਨੇ, ਮੈਂ ਫਰਜੀ। ਅੱਛਾ ਜੀ, ਫਰਦਸਾਨੀ ਮੈਂ ਪੜ੍ਹਨ ਲੱਗਾ, ਬੜੇ ਬੜੇ ਸੋਹਣੇ ਜਵਾਨ ਵਿੱਚ ਤਸ਼ਰੀਫ ਫਰਮਾਓ, ਮਾਵਾਂ ਨੂੰ ਨਸੀਬ ਹੋਵੋ, ਜ਼ਾਕਰੀਨ ਵੀ ਸਾਰੇ ਬੈਠੇ ਨੇ, ਇਹਨਾਂ ਤੋਂ ਵੀ ਦੁਆ ਲੈਣੀ ਹੈ ਅਤੇ ਤੁਹਾਡੇ ਤੋਂ ਵੀ ਲੈਣੀ ਹੈ। ਫਰਦਸਾਨੀ ਪੜ੍ਹਨ ਲੱਗਾ ਅਤੇ ਜਸ਼ਨ ਮੈਂ ਇੱਥੇ ਹੀ ਪੜ੍ਹ ਲੈਣਾ, ਠੀਕ ਹੈ ਨਾ। ਇਸੇ ਫਰਦਸਾਨੀ 'ਤੇ ਹੀ ਇੱਕ ਸ਼ੇਰ ਮੈਂ ਹੋਰ ਪੜ੍ਹ ਕੇ ਆਪਣੇ ਤੋਂ ਸਾਰੇ ਬਿਹਤਰ ਜ਼ਾਕਰ, ਮੈਂ ਤਾਂ ਤੁਹਾਡੀ ਜੁੱਤੀ ਤੋਂ ਮੁਕਾਬਲਾ ਬੰਦਾ। ਅਤੇ ਫਰਦਸਾਨੀ ਮੈਂ ਪੜ੍ਹਨ ਲੱਗਾ, ਨਿਆਜ਼ੇ ਹੁਸੈਨ ਜਸ਼ਨੇ ਹੁਸੈਨ, ਸਮਝ ਕੇ ਜ਼ਰਾ ਮਜ਼ਾ ਲਿਆ ਜੇ। ਪਾਕਾਂ ਦੇ ਸਾਰੇ ਮੋਮਨਾਂ ਨੂੰ ਕੁੱਲ ਮੌਲਵੀਆਂ ਤੇ ਰਾਖਰਾਂ ਨੂੰ, ਪਾਕਾਂ ਦੇ ਸਾਰੇ ਮੋਮਨਾਂ ਨੂੰ ਕੁੱਲ ਮੌਲਵੀਆਂ ਤੇ ਰਾਖਰਾਂ ਨੂੰ, ਮੌਲਾ ਦੀ ਵਿਲਾਦਤ ਦਾ ਏ ਰੋਜ਼, ਸੈਦਾਂ ਦੇ ਸਾਰੇ ਦੋਸਤਾਂ ਨੂੰ ਇਹੋ ਜਿਹਾ ਜਸ਼ਨ ਮਨਾਉਣਾ ਚਾਹੀਦਾ ਏ, ਅਰਸ਼ਾਂ ਵਾਲੇ ਨੂੰ ਫਰਸ਼ਾਂ ਤੇ ਬੁਲਾਉਣਾ ਚਾਹੀਦਾ ਏ, ਹੋਰ ਬੁਲਾਉਣਾ ਚਾਹੀਦਾ ਏ, ਦੁਨੀਆ ਦੇ
सारे सोने आनू यानी के कुल मन मोने आनू दुनिया दे सारे सोने आनू यानी के तवजो मन मोने आनू ए मशवरा साई मंजूर दे इक यूसुफ नहीं कुल यूसुफ आनू पढ़ के माया सरब ले जाना चाहिए दे बीबी जहरा दाए बचड़ा भी मखाना खैर हो बीबी जहरा दा बचड़ा भी वखाना चाहिदा है। बड़े बड़े सुरीले जाकर बैठे ने अल्लाह की कसम है बड़े सुरीले मैं मस्कीन सुरीलिया नाल तां गल ही नहीं करनी उन्हां दा पाड़ ही लैना है बुजुर्गां नाल इक गल कर शेर बुला जाओ अज दी रात काबा जिहड़ा है काबा काबा था मेरी भी एक ख्वाहिश काबे की भी एक ख्वाहिश केड़ी ख्वाहिश शेर मुला जाओ काबे की ख्वाहिश है के पर्दा सवार में काबे की ख्वाहिश है के पर्दा सवार में आदि बीबी जहरा दूजे फाड़दा दीवार में छोटी जगह यो जे लाल मिलदा महाले मौला दावल के छोटी जगह ले और लाल मिलदा महाले यो जे सूरत बचाना चाहिदा है के बेसुरिया नू भी यारो आज गाना चाहिदा है सैन बादशाह वस्ता रखन सुभान अल्लाह हैदरी तेरा नाला हौली मारिया करो मता को मारन लग पवे उतू हैदरी इतना मजमा नारा डर के मार दे कोई नहीं जश्न जी आ तेरा रजब लंघी है ना तो आटे की हवा काबे ने एक तरला कीता है मुर्शिद अली अके काबे की कीता है उंज तो सारे ही कीता है मुर्शिद अली अके केड़ा नबी है या केड़ा वली है जिन्हें तरला नहीं कीता पाक हुसैन दे जिक्र दी कसमे कोई ऐसी हस्ती नहीं जिस मेरे मुर्शिद अली अके तरला ना कीता ते काबे जिहड़ा कीता है तेरा रजब नूं मैं जरा थोड़ा जा सुन लिया वो मैं फिर लिख के दाखिल मोमना नूं भी सुना दी सुनावा काबे ने तेरा रजब नूं जिहड़ा तरला कीता है आ जा मौला जल्दी आ जा आके शान मेरे नूं बता जा आ जा मौला मुद्दा तो समझ दियो नी का तेरा रजब दा दिन है आया अज काबे विच कदम टिका दे या अली जी मेरी बुत्ता कोलो जान छुड़ा दे सुभान अल्लाह
ਜਿਵੇਂ ਮੁੰਤਜ਼ਰ ਮਹਿੰਦੀ। ਫਿਰ ਮੁਲਾਜ਼ਾ ਹਿਜਰਤ ਦੀ ਰਾਤ ਦਾ ਵਾਕਿਆ ਆਖਰੀ ਸ਼ੇਰ ਪੜ ਕੇ ਸਲਾਮ ਕਰਨ ਲੱਗਾ। ਪਾਕ ਰਸੂਲ ਫਰਮਾਇਆ, ਮੇਰੇ ਸੱਜਣੋ, ਮੇਰੇ ਦੋਸਤੋ, ਹੈ ਕਿ ਤੁਹਾਡੇ ਚੋਂ ਜਿਹੜਾ ਮੇਰੇ ਬਿਸਤਰੇ ਤੇ ਸੌਂ ਜਾਏ, ਉਹ ਸਾਰਿਆਂ ਇੱਕ ਦੂਜੇ ਨੂੰ ਵੇਖਿਆ, ਉਹਨਾਂ ਆਖਿਆ ਸਾਡੇ ਅੱਬੇ ਨੂੰ ਵੀ ਨਹੀਂ ਲੱਭਣਾ, ਅੱਜ ਆਪ ਕਹਿ ਦਿੰਦੇ ਨੇ ਕਿਉਂ ਨਾ ਸਮਝ। ਸਾਰੇ ਦੌੜੇ ਦਸ ਕਦਮ ਤੇ ਗਏ, ਜੇ ਪਾਕ ਰਸੂਲ ਦੀ ਆਵਾਜ਼ ਆਈ, ਉਹ ਖਲੋ ਕੇ ਗੱਲ ਤਾਂ ਸੁਣ ਲਓ, ਅੱਲਾ ਮੈਨੂੰ ਆਖਿਆ ਤਲਵਾਰਾਂ ਦਾ ਹਮਲਾ ਹੋਣਾ, ਹੁਣ ਸਮਝਦੇ ਹੋ। ਉਹ ਦਸ ਦਸ ਕਦਮ ਅੱਗੇ ਗਏ ਸਨ, ਵੀਹ ਕਦਮ ਹੱਟ ਆਇਆ, ਉਹ ਇੱਕ ਭੁੜਨ ਕੇ ਅੱਗੇ ਹੋਇਆ। ਉਹਨੇ ਕਿਹਾ ਯਾਰ ਸੁਣਨਾ, ਮੈਂ ਡਰ ਕੇ ਨਹੀਂ ਆਇਆ, ਮੈਂ ਤਾਂ ਇੱਕ ਮਸ਼ਵਰਾ ਦੇਣ ਆਇਆ ਕਿ ਤੁਸੀਂ ਹਿਜਰਤ ਕਰ ਲਓ ਤੇ ਬੰਦਾ ਜ਼ਰੂਰ ਮਰਾਉਣਾ ਜੇ ਬਿਸਤਰਾ ਪਲੇਟ ਕੇ ਅੰਦਰ ਲੱਗ ਛੱਡਣਾ। ਪਾਕ ਰਸੂਲ ਮੁਸਕਰਾ ਕੇ ਫਰਮਾਉਂਦੇ ਨੇ, ਆ ਜਾ ਖਾਬ ਤੈਨੂੰ ਮੈਂ ਸੁਣਾਵਾਂ, ਰੱਬ ਨੇ ਦੱਸਿਆ ਜੋ ਮੈਂ ਦੱਸਾਂ, ਆਪਣੀ ਜਾਤ ਕਿਸੇ ਨੂੰ ਸਮਾਵੇ, ਬਸ ਮੈਂ ਤੈਨੂੰ ਵੀਰ ਸਮਾਵਾਂ, ਅੱਜ ਤੇਰਾ ਥੱਲੇ ਜਾ ਕੇ ਮੱਝਾਂ ਦਾ ਦੇ, ਯਾ ਅਲੀ ਜੀ ਮੇਰੀ ਕੁੱਤਿਆਂ ਤੋਂ ਜਾਨ ਬਚਾ ਦੇ, ਬੋਲੋ ਬੋਲੋ ਸਜੀ ਸਰਦਾਰ ਕਰ।